ونصلي ونسلم على رسوله الكريم. أما بعد، فأعوذ بالله من الشيطان الرجيم. بسم الله الرحمن الرحيم. وننزل من القرآن ما هو شفاء ورحمة للمؤمنين. صدق الله مولانا العظيم. سبحان ربك رب العزة عما يصفون، وسلام على المرسلين، والحمد لله رب العالمين. يا ربي صل وسلم دائما أبدا على حبيبك خير الخلق كلهم، جنہوں اللہ نے جتنی آواز دیتی ہے اتنی بلند آواز نال درود شریف پڑھو حضور دی ذات. انتہائی قابل صد احترام معزز محترم پیر طریقت رہبر شریعت عالم باعمل حضرت مولانا محمد عطا اللہ نقشبندی صاحب دامت برکاتہم العالیہ، دیگر معزز محترم حضرات علماء کرام، قابل صد احترام بزرگو، دوستو، عزیز بھائیو، برادر عزیز حضرت مولانا محمد یاسر اقبال صاحب دامت برکاتہم العالیہ، چیئرمین النور ویلفیئر سوسائٹی، حضرت دے پیار برے حکم تے ایک لمبا سفر کر کے گڈی تو اتر کے سیدھا سٹیج تے، میرا خیال ہے کہ تہر بلال صاحب کربلا والیاں دا ذکر کر رہے سن، اس کربلا والیاں دے ذکر دی وجہ تو انہاں دتا پانی بھی نہیں، انہاں آکھیا بھی او نہ ہوئے بھئی کوئی بندہ امام حسین دی یاد وچ تڑپ کے شہید ہی نہ ہو جائے، تسی سٹیج تے آؤ. تو جدو مسجد دے اندر داخل ہوئے، پہلا قدم رکھیا تے دل وچ خیال آیا بھئی جڑے پچھلے کیتے ہوئے وہ تو ہو گئے معاف، تے جڑے اگے کرنے نے وہ بیٹھن نال ہو سکدا ہے، لیکن ایک گرمی کوئی گرمی نہیں، گرمی ہوئے گی حشر وچ، گرمی ہوئے گی قبر اندر، کھلا ماحول ہے، پانی موجود ہے، پنکھے چل رہے ہیں، دروازے کھلے نے، دل گھبرائے گا، باہر چلے جاؤ گے تو جی قبر چ دل گھبرایا تو کدھر جاؤ گے؟ نہ بوا، نہ باری، نہ سہولت، نہ پنکھے، نہ ایئر کنڈیشن، نہ اتھے کوئی ابا، نہ اما، نہ رشتہ دار، نہ بہن بھائی، نہ یار، نہ سجن، نہ بیلی،
ਸੱਜੇ ਵੀ ਮਿੱਟੀ ਤੇ ਖੱਬੇ ਵੀ ਮਿੱਟੀ ਤੇ ਅੱਗੇ ਵੀ ਮਿੱਟੀ ਤੇ ਪਿੱਛੇ ਵੀ ਤੇ ਉੱਤੇ ਵੀ ਤੇ ਥੱਲੇ ਵੀ। ਤੇ ਜਿਹਨਾਂ ਆ ਕੇ ਹਿਸਾਬ ਮੰਗਣੇ ਉਹਨਾਂ ਨੂੰ ਪੈਸਿਆਂ ਦੀ ਲੋੜ ਕੋਈ ਨਹੀਂ। ਦੁਨੀਆਂ ਤੇ ਪਟਵਾਰੀ ਸਾਹਿਬ ਨੂੰ, ਚੌਧਰੀ ਸਾਹਿਬ ਨੂੰ, ਥਾਣੇਦਾਰ ਸਾਹਿਬ ਨੂੰ ਕੋਈ ਚਾਰ ਛੱਲਣ ਲਾ ਕੇ ਤੇ ਜਾਨ ਛਡਾ ਲਈ ਤੇ ਹਿਸਾਬ ਕਿਤਾਬ ਲੈਣ ਵਾਲੇ ਫਰਿਸ਼ਤੇ ਵੀ ਉਹ ਨੇ ਜਿਹਨਾਂ ਦਾ ਨਾ ਅੱਬਾ ਹੈ, ਨਾ ਅੰਮਾ ਹੈ, ਨਾ ਰਿਸ਼ਤੇਦਾਰ ਨੇ, ਨਾ ਵਾਧਾ, ਨਾ ਘਾਟਾ, ਨਾ ਉਹਨਾਂ ਨੂੰ ਬਿਜਲੀ ਦਾ ਬਿੱਲ ਆਉਣਾ ਹੈ। ਉਹਨਾਂ ਜਦੋਂ ਆ ਕੇ ਆਉਣਾ ਚੱਲ ਬਈ ਸਿੱਧਾ ਹੋ ਤੇ ਉੱਥੇ ਇਹ ਨਹੀਂ ਚੱਲਣਾ ਕਿ ਮੈਂ ਨੰਬਰਦਾਰ ਤੇ ਮੈਂ ਸਰਦਾਰ ਤੇ ਮੈਂ ਵਜ਼ੀਰ ਤੇ ਮੈਂ ਮਸ਼ੀਰ ਤੇ ਮੈਂ ਸ਼ਬੀਰ ਤੇ ਮੈਂ ਪੀਰ। ਉਹਨਾਂ ਕਿਹੜਾ ਹੋਏਗਾ ਇਹ ਸਾਡੀਆਂ ਗੱਲਾਂ ਦਾ ਜਵਾਬ ਦੇ ਤੇ ਸਾਡੇ ਕੋਲ ਬਹੁਤਾ ਟਾਈਮ ਨਹੀਂ। ਤੇ ਜੇ ਉੱਥੇ ਆ ਗਏ ਸਵਾਲਾਂ ਦੇ ਜਵਾਬ ਤੇ ਬੇੜਾ ਹੋ ਜਾਏਗਾ। ਹੌਲੀ ਬੋਲੋ ਨਾ, ਮਤਾ ਕੋਈ ਸੁਣ ਲਵੇ, ਬੇੜਾ ਹੋ ਜਾਏਗਾ। ਯਾ ਅੱਲਾ ਜਿਹੜਾ ਉੱਚੀ ਬੋਲੇ ਇਹਦਾ ਦੋਨਾਂ ਜਹਾਨਾਂ 'ਚ ਬੇੜਾ ਪਾਰ ਹੋ ਜਾਏ, ਬੇੜਾ ਹੋ ਜਾਏਗਾ। ਅਤੇ ਜੇ ਸਵਾਲਾਂ ਦੇ ਜਵਾਬ ਨਾ ਆਏ, ਇਮਾਨਦਾਰੀ ਨਾਲ ਇੱਕ ਗੱਲ ਦੱਸੋ, ਮੈਂ ਥੋੜ੍ਹੀ ਜਿਹੀ ਤਬਲੀਗ ਕਰ ਲਾਂ ਫਿਰ ਮੈਂ ਸੁਰ ਲਾਵਾਂਗਾ ਕਿਉਂਕਿ ਗੁਰੂ ਦੇ ਪੈਸੇ ਕੋਈ ਨਹੀਂ ਦਿੰਦਾ। ਹਾਲਾਂਕਿ ਗੱਲਾਂ ਗੁਰ ਦੀਆਂ ਨੇ। ਉਸ ਸ਼ਾਗਿਰਦ ਤਾਲਿਬ ਇਲਮ ਸਟੂਡੈਂਟ ਤੋਂ ਬੜਾ ਨਿਕੰਮਾ ਕਿਹੜਾ ਬੰਦਾ ਹੋਏਗਾ ਕਿ ਜਿਹਨੂੰ ਪੇਪਰ ਆਉਣ ਤੋਂ ਪਹਿਲੇ ਦੱਸ ਦਿੱਤਾ ਜਾਏ ਵੀ ਸਵਾਲ ਇਹ ਹੋਣੇ ਨਹੀਂ ਤੇ ਜਵਾਬ, ਤੇ ਜੇ ਫਿਰ ਵੀ ਬੰਦਾ ਫੇਲ ਹੋ ਜਾਏ। ਬਈ ਸਕੂਲ 'ਚ ਬੰਦਾ ਦੱਸ ਦਿੰਦਾ, ਅਗਰ ਦੱਸ ਦਿੱਤਾ ਜਾਏ ਵੀ ਇਹ ਸਵਾਲ ਤੇ ਇਹ ਜਵਾਬ ਤੇ ਸਟੂਡੈਂਟ ਫਿਰ ਵੀ ਫੇਲ ਹੋ ਜਾਏ, ਮੇਰੇ ਖਿਆਲ ਇਹ ਬੰਦਾ ਇਹ ਹੋ ਜਾਏ ਬੰਦੇ ਲਈ ਜੁੱਤੀ ਲਾ ਲਵੇ ਤੇ ਨਵੀਂ ਪਾ ਲਵੇ। ਵੀ ਪਰਚਾ ਪਹਿਲੇ ਆਊਟ ਹੋ ਗਿਆ। ਵਾਹ ਕਮਲੀ ਵਾਲੇ ਆ, ਤੇਰੇ ਤੋਂ ਮੈਂ ਕਾਇਨਾਤ ਕੁਰਬਾਨ ਕਰਾਂ। ਆਹਾ, ਆਸ਼ਿਕ ਬੈਠੇ ਹੋ ਤੇ ਆਵਾਜ਼ ਨਹੀਂ ਨਿਕਲੀ ਤੁਹਾਡੇ ਭਾਈ, ਏਡੀ ਗਰਮੀ 'ਚ ਏਡਾ ਠੰਡਾ ਮਜਮਾ ਮੇਰੀ ਸਮਝ 'ਚ ਨਹੀਂ ਆ ਰਿਹਾ। ਬਈ ਸਦਕੇ ਜਾਮੇ ਅਮਨਾ ਦੇ ਲਾਲ ਤੋਂ, ਬਦਰੁਦੁਜਾ ਤੋਂ, ਸ਼ਮਸੁਜ਼ੁਹਾ ਤੋਂ, ਖੈਰੁਲ ਵਰਾ ਤੋਂ, ਬਲਗਲ ਔਲਾ ਤੋਂ, ਕਸ਼ਫਤ ਦੁਜਾ ਤੋਂ, ਲਾ ਯੁਮਕਿਨੁ ਸਨਾ ਤੂੰ, ਹਬੀਬ ਕਿਬਰੀਆ ਤੂੰ, ਮਕੀਨ ਗੁੰਬਦ ਖਦਰਾ ਤੂੰ, ਕਾਇਨਾਤ ਦੇ ਇਮਾਮ ਤੂੰ, ਜੱਗਾਂ ਦੇ ਸੁਲਤਾਨ ਤੂੰ, ਸਭ ਤੋਂ ਆਲਾ ਤੇ ਉੱਚੇ ਤੇ ਸੁੱਚੇ ਤੇ ਬਿਹਤਰ ਤੇ ਬਰਤਰ ਤੇ ਸਾਕੀਏ ਕੌਸਰ ਤੇ ਸ਼ਾਫੇ ਬੈਸ਼ਰ ਤੇ ਅਬਦੁੱਲਾ ਦੇ ਨੂਰੇ ਨਜ਼ਰ ਤੇ ਆਮਨਾ ਦੇ ਦਿਲਬਰ ਤੇ ਖੈਰੁਲ ਬਸ਼ਰ ਤੇ ਬਿਹਤਰ ਓ ਬਰਤਰ, ਆਮਨਾ ਦੇ ਲਾਲ ਮਹਬੂਬ ਰੱਬੇ ਜ਼ੁਲ ਜਲਾਲ ਸਾਹਿਬ ਸ਼ਰਫ ਕਮਾਲ ਤੂੰ ਕੁਰਬਾਨ ਨਾ ਜਾਵਾਂ, ਜਿਹਨੇ ਦੁਨੀਆਂ 'ਚ ਆ ਕੇ ਉਹ ਸਵਾਲ ਵੀ ਦੱਸ ਦਿੱਤੇ ਨੇ ਤੇ ਨਾਲ ਜਵਾਬ ਵੀ ਦੱਸ ਦਿੱਤੇ ਨੇ। ਹੁਣ ਇਤਨਾ ਬੜਾ ਮੇਰੇ ਮਹਬੂਬ ਅਲੈਹ ਸਲਾਤੁ ਵਸਲਾਮ ਦਾ ਇਹਸਾਨ ਹੈ ਕਿ ਆਪਨੇ ਫਰਮਾਇਆ ਤਿੰਨ ਗੱਲਾਂ ਪੁੱਛੀਆਂ ਜਾਣਗੀਆਂ ਤੇ ਬੰਦੇ ਦੇ ਬੱਚੇ ਬਣ ਕੇ ਤੇ ਯਾਦ ਕਰ ਲਓ, ਤੇ ਜੇ ਫਿਰ ਵੀ ਬੰਦਾ ਸਵਾਲ ਯਾਦ ਨਾ ਕਰੇ, ਜਵਾਬ ਯਾਦ ਨਾ ਕਰੇ ਤੇ ਕਿਆਮਤ ਵਾਲੇ ਦਿਨ ਸ਼ਿਕਵਾ ਤਾਂ ਨਹੀਂ ਨਾ ਕਰ ਸਕਦਾ ਕਿ ਸਾਨੂੰ ਦੱਸਿਆ ਕਿਸੇ ਨੇ ਸੀ, ਹਜ਼ੂਰ ਸਭ ਕੁਛ ਦੱਸ ਕੇ ਗਏ ਨੇ। ਅਗਰ ਸੁਭਾਨ ਲਗਾਓ ਤੇ ਜੁਮਲਾ ਕਹਿ ਦੇਵਾਂ, ਈਮਾਨ ਵੀ ਤਾਜ਼ਾ ਹੋ ਜਾਏਗਾ। ਹਜ਼ੂਰ ਅੱਲਾ ਕੋਲੋਂ ਲੈਂਦੇ ਰਹੇ ਨੇ, ਉਮਤ ਨੂੰ ਦਿੰਦੇ ਰਹੇ ਨੇ, ਅੱਲਾ ਸੇ ਲੇਤੇ ਰਹੇ, ਨਬੀ ਅੱਲਾ ਸੇ ਲੇਤਾ ਹੈ ਔਰ ਦੁਨੀਆ ਕੋ ਦੇਤਾ ਹੈ। ਔਰ ਜਿਹੜਾ ਦੁਨੀਆ ਕੋਲੋਂ ਲੈ ਕੇ ਦੁਨੀਆ ਨੂੰ ਦੇ, ਉਹ ਨਬੀ ਨਹੀਂ ਹੁੰਦਾ। ਯਾਰ ਕਿਆ ਹੋ ਗਿਆ, ਖਤਮੇ ਨੇ ਬਹੁਤ ਬੈਠੇ ਹੋ ਸਾਰੇ ਦੀਵਾਨੇ। ਜਿਹੜਾ ਸਕੂਲੇ ਪੜ੍ਹ ਕੇ ਆਖੇ ਮੈਂ ਨਬੀ ਹਾਂ ਤੇ ਉਹ ਵੀ ਪ੍ਰਾਇਮਰੀ ਫੇਲ, ਹਰ ਰੋਜ਼ ਲੇਟ ਜਾਵੇ ਤੇ ਉਸਤਾਦ ਕੰਨ ਫੜਾ ਕੇ ਤਸ਼ਰੀਫ ਗੁੱਟੇ ਤੇ ਉਹਦੀ ਇੱਕ ਲੈਟ ਵੀ ਨਾ ਹੋਵੇ ਤੇ ਉਹ ਦਾਵਾ ਕਰੇ ਮੈਂ ਨਬੀ ਹਾਂ, ਜਿਵੇਂ ਜਿੰਨ ਪਾੜੂ ਲੱਤਾਂ ਨਾ ਮੂੰਹ ਨਾ ਮੱਥਾ, ਇਹੋ ਜਿਹਾ ਦਜਾਲ ਹੋ ਸਕਦਾ ਹੈ, ਕਜ਼ਾਬ ਹੋ ਸਕਦਾ ਹੈ, ਜਾਨਵੀ ਹੋ ਸਕਦਾ ਹੈ, ਕਾਫਿਰ ਹੋ ਸਕਦਾ ਹੈ, ਨਬੀ ਖਾਤਮੇ ਨਬੂਤ ਦੇ ਪ੍ਰਵਾਨੇ ਉਹ ਹਿੱਸਾ ਪਾਓ ਜ਼ਰਾ ਇਹਦੇ ਵਿੱਚ, ਉਹ ਨਬੀ
ਨਬੀ ਸੂਰਤ ਵਿੱਚ ਵੀ ਬੇਅਬ ਹੁੰਦਾ ਹੈ ਤੇ ਸੀਰਤ ਵਿੱਚ ਵੀ ਬੇਅਬ ਹੁੰਦਾ ਹੈ। ਨਬੀ ਜ਼ਿੰਦਗੀ ਵਿੱਚ ਕੋਈ ਐਬ ਨਹੀਂ ਕਰਦਾ, ਮਾਸੂਮ ਅਨਿਲ ਖਤਾ ਹੁੰਦਾ, ਅੱਲਾ ਪਾਕ ਕੋਲੋਂ ਲੈਂਦਾ ਤੇ ਉਮਤ ਨੂੰ ਦਿੰਦਾ। ਉਹ ਸਦਕੇ ਜਾਮ ਹੈ। ਵੈਸੇ ਹਜ਼ਰਤ ਆਦਮ ਤੋਂ ਲੈ ਕੇ ਈਸਾ ਤੱਕ ਸਾਰੇ ਅੱਲਾ ਕੋਲੋਂ ਲੈ ਕੇ ਉਮਤ ਨੂੰ ਦਿੰਦੇ ਰਹੇ, ਪਰ ਜਿਵੇਂ ਅੱਲਾ ਨੇ ਮੇਰੇ ਮੁਸਤਫਾ ਨੂੰ ਦਿੱਤਾ ਹੈ ਇੰਝ ਕਿਸੇ ਨੂੰ ਨਹੀਂ ਦਿੱਤਾ, ਜਿਵੇਂ ਮੁਸਤਫਾ ਨੇ ਅੱਗੇ ਉਮਤ ਨੂੰ ਦਿੱਤਾ ਹੈ ਇੰਝ ਕੁਝ ਨਹੀਂ ਹੋਇਆ। ਅੱਲਾ ਫਰਮਾਉਂਦੇ ਨੇ ਮੇਰੇ ਮਹਬੂਬ, ਮੈਂ ਤੈਨੂੰ ਸੂਰਤ ਵੀ ਵੱਖਰੀ ਦਿੱਤੀ ਹੈ, ਸੀਰਤ ਵੀ ਵੱਖਰੀ ਦਿੱਤੀ ਹੈ, ਜਲਾਲ ਵੀ, ਜਮਾਲ ਵੀ, ਖਿਆਲ ਵੀ, ਕਮਾਲ ਵੀ, ਅਲਕਾਬ ਵੀ, ਅਜ਼ਵਾਜ ਵੀ, ਬਨਾਤ ਵੀ, ਸੀਨਾ ਵੀ, ਪਸੀਨਾ ਵੀ, ਮੱਕਾ ਵੀ, ਮਦੀਨਾ ਵੀ, ਕਿਰਦਾਰ ਵੀ, ਗੁਫਤਾਰ ਵੀ, ਰਫਤਾਰ ਵੀ, ਮੇਰੇ ਮਹਬੂਬ ਸੂਰਤ ਵੀ ਤੇ ਸੀਰਤ ਵੀ ਤੇ ਜ਼ਾਹਿਰ ਵੀ ਤੇ ਬਾਤਨ ਵੀ ਤੇ ਮਸਜਿਦ ਮੁਸੱਲਾ ਮਿਹਰਾਬ, ਤੈਨੂੰ ਹਰ ਸ਼ੈ ਨਿਰਾਲੀ ਦਿੱਤੀ ਏ, ਜਿਵੇਂ ਤੇਰੇ ਵਰਗਾ ਕੋਈ ਨਹੀਂ ਨਾ, ਐਵੇਂ ਤੇਰੇ ਯਾਰਾਂ ਵਰਗੇ ਕਿਸੇ ਦੇ ਯਾਰ ਵੀ ਕੋਈ ਨਹੀਂ। ਹਜ਼ੂਰ ਨੂੰ ਅੱਲਾ ਨੇ ਦੱਸ ਦਿੱਤਾ ਇਹ ਤਿੰਨ ਸਵਾਲ ਹੋਣੇ ਨੇ। ਅਗਲੇ ਦਿਨ ਇੱਕ ਬਾਲੂ ਸਾਹਿਬ ਨੇ ਕਿਹਾ ਜੀ ਬੁਖਾਰੀ ਸ਼ਰੀਫ ਵੀ ਸਵਾਲ ਹੀ ਇੱਕੋ ਹੈ। ਮੈਂ ਕਿਹਾ ਤਾਂ ਕੰਮ ਸੌਖਾ ਹੋ ਗਿਆ। ਉਹ ਤਿੰਨਾਂ ਤੋਂ ਇੱਕ ਤੇ ਆ ਗਈ ਜੇ ਗੱਲ ਤੇ ਇਹੋ ਰਫਤਾਰ ਰਹੀ ਤਾਂ ਮਾਹੌਲ ਵੀ ਲੱਗਦਾ ਬਿਲਕੁਲ ਇੱਕ ਤੋਂ ਬੱਜੂ ਹੈ। ਬਈ ਅੱਲਾ ਤੇ ਰਸੂਲ ਨੇ ਜਦੋਂ ਦੱਸ ਦਿੱਤਾ ਵੀ ਤਿਆਰੀ ਕਰ ਲਓ, ਇਹ ਤਿੰਨ ਸਵਾਲ ਨੇ, ਤੇਰਾ ਰੱਬ ਕੌਣ ਹੈ, ਤੇਰਾ ਨਬੀ ਕੌਣ ਹੈ, ਤੇਰਾ ਦੀਨ ਕਿਹੜਾ। ਤੇ ਜੇ ਬੰਦਾ ਰੱਬ ਦੀ ਮੰਨ ਕੇ ਦੁਨੀਆਂ ਤੇ ਗੁਜ਼ਾਰੇਗਾ ਫਿਰ ਤੇ ਕਵੇਗਾ ਇਹ ਕੋਈ ਗੱਲ ਪੁੱਛਣ ਵਾਲੀ ਏ, ਮੈਂ ਤੇ ਦੁਨੀਆਂ ਤੇ ਐਲਾਨ ਕਰਕੇ ਆਇਆ, ਇਨਲ ਲਦੀਨ ਕਾਲੂ ਰੱਬੁਨ ਅੱਲਾਹ। ਅੱਲਾ ਜਿਹੜੇ ਬੰਦੇ ਕੁਰਾਨ ਸੁਣ ਕੇ ਸੁਭਾਨ ਅੱਲਾ ਆਖਣ, ਇਹਨਾਂ ਦੀਆਂ ਨਸਲਾਂ 'ਚ ਕੁਰਾਨ ਵਾਲੇ ਲੋਕ ਪੈਦਾ ਕਰਨਾ। إِنَّ الَّذِينَ قَالُوا رَبُّنَا اللَّهُ ثُمَّ اسْتَقَامُوا تَتَنَزَّلُ عَلَيْهِمُ الْمَلَائِكَةُ أَلَّا تَخَافُوا وَلَا تَحْزَنُوا وَأَبْشِرُوا بِالْجَنَّةِ। ਮੈਂ ਤੇ ਦੁਨੀਆਂ ਤੇ ਇਕਰਾਰ ਕੀਤਾ ਸੀ, ਇਨਲ ਲਦੀਨ ਕਾਲੂ ਰੱਬੁਨ ਅੱਲਾਹ, ਅੱਲਾ ਦਾ ਕੁਰਾਨ ਗਵਾਈਆਂ ਪਿਆ ਦਿੰਦੇ, ਜਿਨ੍ਹਾਂ ਨੇ ਆਖਿਆ ਰੱਬ ਸਾਡਾ ਅੱਲਾ ਏ, ਮਾਬੂਦ ਸਾਡਾ ਅੱਲਾ ਏ, ਮੁਸ਼ਕਿਲ ਕੁਸ਼ਾ ਸਾਡਾ ਅੱਲਾ ਏ, ਹਾਜਤ ਰਵਾ ਸਾਡਾ ਅੱਲਾ ਏ, ਬਿਗੜੀ ਬਿਣਾਉਣ ਵਾਲਾ ਵੀ ਅੱਲਾ ਏ, ਬੇਟੇ ਬੇਟੀਆਂ ਦੇਣ ਵਾਲਾ ਵੀ ਅੱਲਾ ਏ, ਕਹਿਣਾ ਤਾਂ ਮਾਲਿਕ ਵੀ ਅੱਲਾ ਏ ਤੇ ਖਾਲਕ ਵੀ ਅੱਲਾ ਏ। ਇਹ ਗੱਲ ਕਹਿ ਕੇ ਜਦੋਂ ਬੰਦਾ ਇਕਰਾਰ ਕਰਦਾ ਤੇ ਕਹਿੰਦਾ ਮੇਰੀ ਬਿਗੜੀ ਬਣਾਨੇ ਕੋ ਖੁਦਾ ਕਾ ਨਾਮ ਕਾਫੀ ਹੈ, ਮੇਰੀ ਬਿਗੜੀ ਬਣਾਨੇ ਕੋ ਖੁਦਾ ਕਾ। ਅੱਛਾ ਜੇ ਤੁਸੀਂ ਨਾ ਪੜਿਆ ਤੇ ਬੇਟਾ ਮੈਂ ਨਾਲ ਲੈ ਕੇ ਆਇਆ, ਉਹਨੂੰ ਆਖਿਆ ਪੁੱਤਰ ਤੂੰ ਪਿਓ ਦਾ ਸਾਥ ਦਿੱਤਾ ਕਰ, ਪਰ ਤੁਹਾਨੂੰ ਕੁਝ ਨਹੀਂ ਆਉਂਦਾ। ਜਿਹਨੂੰ ਜ਼ਬਾਨ ਅੱਲਾ ਦਿੱਤੀ ਏ ਤੇ ਜਿਨ੍ਹਾਂ ਦਾ ਅੱਲਾ ਕਾਫੀ ਆਖੇਗਾ, ਮੇਰੀ ਬਿਗੜੀ ਬਣਾਨੇ ਕੋ ਖੁਦਾ ਕਾ ਨਾਮ। ਯਾ ਅੱਲਾ ਜਿਹੜਾ ਜ਼ੋਰ ਨਾਲ ਬੋਲੇ ਇਹਦੀ ਹਰ ਬਿਗੜੀ ਬਣ ਜਾਏ, ਮੇਰੀ ਬਿਗੜੀ ਬਣਾਨੇ ਕੋ ਖੁਦਾ ਕਾ ਨਾਮ ਕਾਫੀ ਹੈ, ਸੋਈ ਕਿਸਮਤ ਜਗਾਨੇ ਕੋ ਖੁਦਾ ਕਾ ਨਾਮ ਕਾਫੀ ਹੈ, ਖੁਦਾ ਕਾ ਜ਼ਿਕਰ ਕਰਤਾ ਹੂੰ ਇਬਾਦਤ ਹੈ ਯਹੀ ਮੇਰੀ, ਖੁਦਾ ਕਾ ਜ਼ਿਕਰ ਕਰਤਾ ਹੂੰ ਇਬਾਦਤ ਹੈ ਯਹੀ ਮੇਰੀ, ਖਤਾਏ ਬਖਸ਼ਵਾਨੇ ਕੋ ਖੁਦਾ ਕਾ ਨਾਮ ਕਾਫੀ ਹੈ, ਜ਼ਮਾਨਾ ਰੂਠ ਜਾਏ
मुझे कुछ परवाह नहीं हाफिज क्यों मेरी इज्जत बचाने को खुदा का नाम गल सुनो तुसी दियोबंदी हो तुसी बरेलवी हो तुसी वहाबी हो तुसी हयाती हो तुसी समाती हो तुसी जमाती हो तुसी जक्षबंदी हो सोरवर्दी हो कादरी हो चिश्ती हो हनफी हो मालकी हो शाफी हो या हमली हो या जनवरी हो या फरवरी हो जेड़े भी हो ईमानदारी नाल दसो ये गल मैं सही कह रहा या गलत कह रहा तो फिर पढ़ते नहीं तुसी सारे जिन्हां दी आराम नाल पुत्र पैसे जरूर रख लो स्पीकर नशे पैरां तक ठीक सिर एडा सारा मैं क्या बाबा जी मिसाला मुक गया कोई इख्तलाफी गल नहीं है सारे अल्लाह नूं मन्नदे उत्ते कोई मुशरिक काफिर नहीं बैठा सीने ठंड पावे पता लगे मेरी बिगड़ी बनाने को खुदा का नाम अजे भी आवाज नहीं आई जिन्हें मावां दा दुध पीता हलाल करो मेरी बिगड़ी बनाने को खुदा का चलो मैं पंजाबी चक्कर लेना इन अल्लदीना कालू रब्बुन अल्लाह इको गल कर दे तू बेली ते सब जग बेली ते अण बेली दी बेली यारा बाज मोहम्मद बख्शा ए सुन्नी पई ये हवेली क्योंकि अल्लाह अल्लाह करिए तांगल बनदीए नबी दा दामन फड़िए तांगल बनदीए अल्लाह 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 करिए तांगल बनदीए नबी दा दामन फड़िए तांगल बनदीए कलमा बिलाल में पढ़िया कुफर दा सीना सड़िया वांग बिलाल ते कलमा पढ़िए तांगल बनदीए अल्लाह अल्लाह गल सुनो गल छोड़ो मामू कांजन वाले हो अज की तारीख सी बड़ा याद है तुहानू हैं अज बड़ी 14 अगस्त किसने यौमे आजादी मनाया गया मुंडिया ने जनाब अपने स्कूटर के सलंसर ला छड़े ने क्यों भाई अज जश्न आजादी है कई मुंडिया ने कमीज ला छड़े ने कई ने एडे एडे तूते मूह च रखे ने ते बिल्कुल गरीब आदमी बाबे दे कन विच पू करदे ने अगो फिर जिहड़ा बाबा सलातां पढ़दा है वह तो उहदी नसलां नूं भी इशारा सवाब हुंदा ये यौमे आजादी सारी दुनिया ते हल्ला गुल्ला मचाया गया यौमे आजादी है काश कि हजरत कैद आजम मोहम्मद अली जना आज आके वेख लेंदे कि मेरे पाकिस्तान की हाल कीता इन्होंने अज अलामा इकबाल साहब मरहूम आ जाते उन्हें कड़ा मेरे पाकिस्तान का की असर किया है अज असली हजरत शेख उल इस्लाम अलामा शबीर अहमद उस्मानी रहमतुल्लाह अलैह जिन्हें पाकिस्तान का परचम लहराया सी वो आ जाण ना तो फिर बेहोश होकर गिर जाण यो पाकिस्तान है जिसकी खातर हजारा लोगों कुर्बानियां दीतियां हजारा इज्जत लुटाईया गईया यो पाकिस्तान है कि जिस वास्ते नारे मार दिया ऐसा पाकिस्तान का मतलब क्या कुछ बंदे जान के कलमा नहीं पढ़ते शायद आखिरी कलमा ना हो तो आखिरी कलमा होया तो बख्श जन्नत मिल जाएगी पाकिस्तान का मतलब क्या पाकिस्तान का मतलब क्या लेकिन अजकल सियासतदाना के नारे होर ने बैबरो करेस के नारे होर ने पाकिस्तान का मतलब क्या जो कुछ लभी आवी खाई जा
ਉੱਥੇ ਬੜੇ ਨਾਰੇ ਮਾਰਦੇ ਹੋ ਤੇ ਅੱਲਾ ਦਾ ਨਾਂ ਲੈਂਦੇ ਹੋ, ਅੱਲਾ 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 ਕਰੀਏ ਤਾਂ ਗੱਲ ਬਣਦੀ ਏ, ਆਖੋ ਅੱਲਾ ਅੱਲਾ ਨਬੀ ਦਾ ਦਾਮਨ ਫੜੀਏ ਤਾਂ ਗੱਲ ਬਣਦੀ ਏ, ਪੁੱਛਣ ਵਾਲਿਆ ਮਨ ਰੱਬ ਕਾ ਮੈਂ ਦੱਸਣਾ, ਮੈਂ ਅੱਲਾ ਨਾਲ ਇਕਰਾਰ ਤੇ ਵਾਅਦਾ ਕਰ ਲਿਆ ਸੀ, ਅੱਲਾ ਮਾਲਿਕ ਤੂੰ ਏ ਖਾਲਿਕ ਤੂੰ ਏ ਸੁਮਸਤ ਕਾਮੂ, ਫਿਰ ਤੂਫਾਨ ਆਏ ਮੈਂ ਡਟਿਆ ਰਿਹਾ, ਕੋੜੇ ਬਰਸੇ ਮੈਂ ਡਟਿਆ ਰਿਹਾ, ਕਲਾਸ਼ਨ ਕੋਪ ਦੇ ਬਰਸਤ ਚੱਲੇ ਮੈਂ ਡਟਿਆ ਰਿਹਾ, ਮੈਨੂੰ ਅੱਗ ਦੀ ਅੰਗਾਰਿਆਂ ਤੇ ਲਿਟਾਇਆ ਗਿਆ ਮੈਂ ਡਟਿਆ ਰਿਹਾ, ਮੇਰੇ ਜਿਸਮ ਤੇ ਲੋਹੇ ਦੀਆਂ ਕੰਘੀਆਂ ਪੇਰੀਆਂ ਗਈਆਂ ਮੈਂ ਡਟਿਆ ਰਿਹਾ, ਮੇਰੇ ਬੱਚਿਆਂ ਨੂੰ ਸੂਲੀ ਤੇ ਚੜਾ ਦਿੱਤਾ ਗਿਆ ਮੈਂ ਡਟਿਆ ਰਿਹਾ, ਨਹੀਂ 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 ਉਹਨਾਂ ਵਿੱਚ ਹਜ਼ਰਤ ਹੁਸੈਨ ਵੀ ਹੋਣਾ ਏ। ਉਹਨੇ ਆਖਣਾ ਮੈਂ 6 ਮਹੀਨਿਆਂ ਦਾ ਦਿੱਤਾ ਪਰ ਅੱਲਾ ਤੇਰਾ ਦਾਮਨ ਨਹੀਂ ਛੋੜਿਆ, ਮੈਂ 18 ਸਾਲਾਂ ਦਾ ਜਵਾਨ ਵਾਰਿਆ ਪਰ ਤੇਰਾ ਦੀਨ ਨਾ ਛੋੜਿਆ, ਮੈਂ ਭਾਣਜੇ ਭਤੀਜੇ ਵਾਰੇ ਪਰ ਮੈਂ ਦੀਨ ਨਾ ਛੋੜਿਆ, ਜਦੋਂ ਮੇਰੀ ਵਾਰੀ ਆਈ ਮੈਂ ਵੀ ਸਰ ਸਜਦੇ ਚ ਰੱਖ ਕੇ ਸੁਬਹਾਨਾ ਰੱਬੀ ਅਲ ਆਲਾ ਕਹਿ ਕੇ ਕਿਆਮਤ ਤੱਕ ਹੁਸੈਨੀਆਂ ਨੂੰ ਪੈਗਾਮ ਦਿੱਤਾ ਹੈ, ਜੇ ਹੁਸੈਨੀ ਹੋ ਤੇ ਨਮਾਜ਼ ਨਾ ਛੋੜਨਾ। ਇੱਥੇ ਹਜ਼ਰਤ ਉਲਟ ਹੋ ਗਿਆ, ਇੱਕ ਬੰਦਾ ਸ਼ਰਾਬ ਦੀ ਬੋਤਲ ਪਕੜੀ ਖੜਾ ਸੀ, ਕਿਸੇ ਪੁੱਛਿਆ ਯਜ਼ੀਦ ਦੇ ਬਾਰੇ ਕੀ ਖਿਆਲ ਹੈ, ਆਖੇ ਬੜਾ ਗਲਤ ਆਦਮੀ ਸੀ, ਕਿਉਂ ਸ਼ਰਾਬ ਪੀਂਦਾ ਸੀ, ਆਪ ਸ਼ਰਾਬ ਫੜ ਕੇ ਖੜਾ ਪੀਣ ਲੱਗਾ ਤੇ ਗਾਲਾਂ ਸਦਕੇ ਭਾਈ ਤੂੰ। ਇੱਕ ਬੰਦਾ ਬਗਲ ਕੁੱਕੜ ਪਾ ਕੇ ਮੁਰਗਾ ਲੈ ਕੇ ਜਾ ਰਿਹਾ ਸੀ ਅਸੀਲ, ਅੱਛਾ ਵੀ ਸਮਝਦਾਰ ਪੜ੍ਹੇ ਲਿਖੇ ਬੰਦੇ ਬੈਠੇ ਹੋ, ਰਾਵੀ ਦਾ ਕਿਨਾਰਾ ਹੈ, ਸੱਚੀ ਦੱਸਣਾ ਅਸੀਲ ਦਾ ਕੀ ਮਾਨਾ ਹੈ, ਓਏ ਅਸੀਲ ਦਾ ਮਾਨਾ ਪੰਜਾਬੀ ਕੀ ਹੈ, ਚਲੋ ਕੁਝ ਮੌਲੀ ਸਾਹਿਬ ਬੋਲੇ ਨੇ ਤੁਸਾਂ ਨਾ ਬੋਲਿਆ ਪਤਾ ਤੁਹਾਨੂੰ ਹੈ, ਵਿੱਚੋਂ ਚੁੱਪ ਕੀਤੀ ਬੈਠੇ ਬਈ, ਜਿਹੜਾ ਜ਼ਿਆਦਾ ਲੜੇ ਉਹ ਅਸੀਲ ਹੁੰਦਾ, ਜਿਹੜਾ ਖਾਰਾ ਮਾਰੇ ਅਸੀਲ ਹੁੰਦਾ, ਜਿਹੜਾ ਅੱਖਾਂ ਕੱਢੇ ਉਹ ਅਸੀਲ ਹੁੰਦਾ, ਜਿਹੜਾ ਲਹੂ ਲੁਹਾਨ ਕਰ ਛੱਡੇ ਉਹ ਅਸੀਲ ਹੁੰਦਾ, ਤੇ ਜਿਹੜਾ ਨਾ ਲੜੇ ਉਹ ਤਰੜਾ ਹੁੰਦਾ। ਕਿਆ ਤੁਹਾਡੀ ਉਲਟੀ ਚਾਲ ਹੈ ਬਈ, ਫਿਰ ਤੁਸੀਂ ਕਹਿੰਦੇ ਮੌਲਵੀ ਲੜਦੇ ਨੇ, ਉਹ ਜਿਸ ਕੁੱਕੜ ਨੂੰ ਤੂੰ ਬਦਾਮ ਖਵਾਏ ਨੇ ਉਹ ਖੂਨੋ ਖੂਨ ਕੀਤੀ ਖੜਾ, ਤੇ ਜਿਹਨੂੰ ਤੂੰ ਹਲਵਾ ਖਵਾਇਆ ਉਹਨੇ ਕਿਹੜੀ ਘੱਟ ਕਰਨੀ, ਉਹਦੇ ਪਰ ਮੈਂਬਰ ਤੇ ਬੈਠ ਗਿਆ, ਤੇਰੀ ਅਸੀਂ ਦੀ ਤੇ ਅਸੀਂ ਤੇ ਫਲਾਣੇ ਆ ਤੇ ਢੀਂਗੜਿਆ ਤੇ ਕਾਫਰਾ ਤੇ ਮੁਸ਼ਰਕਾਂ ਤੇ ਫਲਾਣੇ ਆ, ਇਸ ਉਮਤ ਕੋ ਤੋੜ ਕੇ ਰੱਖਦੀ ਆ, ਉਹਦੇ ਪਿੱਛੇ ਨਹੀਂ ਹੁੰਦੀ, ਉਹਦੇ ਪਿੱਛੇ ਨਹੀਂ ਹੁੰਦੀ, ਨੌਜਵਾਨ ਨਮਾਜ਼ ਛੱਡ ਗਏ ਜਦੋਂ ਪੜ੍ਹ ਕੇ ਨਹੀਂ ਹੁੰਦੀ, ਪਰ ਕਰਨਾ ਕੀ ਹੈ, ਚੰਗਾ ਭਲਾ ਨੌਜਵਾਨ ਕ੍ਰਿਕਟ ਛੋੜ ਕੇ ਜਵਾਬ ਪੜ੍ਹਨ ਆਇਆ ਬਾਹਰ ਨਿਕਲਿਆ ਗੁਬਰੇਲੀ ਮੌਲੀ ਮਿਲ ਪਿਆ, ਨਮਾਜ਼ ਕਿੱਥੇ ਪੜ੍ਹੀ, ਕਹਿੰਦੀ ਮੌਲਾ ਯਾਸਰ ਇਕਬਾਲ ਸਾਹਿਬ ਦੀ ਮਸਜਿਦ ਦਿਓ ਬੰਦੀਆਂ ਪਿੱਛੇ ਜੀ ਆ ਤੇਰੀ ਨਹੀਂ ਹੋਈ, ਉਹ ਸਕੇ ਜੀ ਰੀਦੇ ਨਹੀਂ ਹੋਏ ਤੇ ਕੱਲ ਅਗਲਾ ਜਮਾ ਉਹ ਬਰੇਲਵੇ ਦੇ ਪਿੱਛੇ ਪੜ ਬੈਠਾ, ਹੁਣ ਦਿਓ ਬੰਦੀ ਮੌਲੀ ਮਿਲਿਆ ਉਹ ਅੱਜ ਆਇਆ ਨਹੀਂ, ਉਹ ਸਕੀ ਜੀ ਸੁਨੀ ਗੋਸੀਆ ਰਿਦਵੀਆ ਪੜਿਆ, ਉਹ ਸਕੇ ਤੇਰੀ ਨਹੀਂ ਹੋਈ, ਉਹ ਸਕੇ ਚਲੋ ਫਿਰ ਮੈਂ ਬਈਏ ਦੋਨੋਂ ਹਨਫੀ ਤੇ ਮਨਫੀ ਹੋ ਗਏ ਉਧਰ ਚਲੇ ਜਾਂਦੇ ਆ, ਜੇ ਅੱਲਾ ਦੀ ਸਾਨੂੰ ਪਿੱਛੋਂ ਨਮਾਜ਼ ਪੜ੍ਹ ਕੇ ਬਾਹਰ ਨਿਕਲਿਆ ਤਾਂ ਕੋਈ ਪਹਿਲਿਆ ਬਰੇਲੀ ਮੌਲ ਹੋ ਸਕਾ, ਨਮਾਜ਼ ਕਿਤੇ ਪੜ੍ਹੀਏ ਕਿ ਭਾਬੀਆਂ ਪਿੱਛੇ ਸ਼ਾਦੀ ਹੋਈ ਹੈ ਜੀ ਨਿਕਾਹ ਗਿਆ, ਓਏ ਨਮਾਜ਼ ਪੜ੍ਹਨ ਨਾਲ ਨਿਕਾਹ ਟੁੱਟ ਗਿਆ ਤੇ ਜਿਹੜਾ ਬਦਬਖਤ ਪੜ੍ਹਦਾ ਹੀ ਨਹੀਂ, ਉਹ ਨਮਾਜ਼ ਪੜ੍ਹਨ ਨਾਲ ਨਿਕਾਹ ਟੁੱਟ ਗਿਆ। ਅਗਲੇ ਦਿਨ ਬੜਾ ਲਤੀਫਾ ਬਣਿਆ, ਇੱਕ ਬੰਦਾ ਆਪਣੀ ਬੀਵੀ ਨਾਲ ਪਿਆ ਲੜ, ਉਹਦਾ ਕਿਹਾ ਮੈਂ ਕੋਈ ਨਹੀਂ ਲੰਬੇ ਚੋੜੀਆਂ ਤਰੀਰਾਂ ਲਿਖਣੇ ਤੇ ਇਸਟਾਮ ਲਿਖਣੇ, ਮੈਂ ਸਿਰਫ ਭਾਬੀਆਂ ਪਿੱਛੇ ਨਮਾਜ਼ ਪੜ੍ਹਨੀ, ਤੇ ਤੂੰ ਆਟੋਮੈਟਿਕ ਗਈ। ਅੱਗੇ ਨਿਕਾਹ ਮਸੀਤੇ ਹੁੰਦੇ ਸੀ, ਹੁਣ ਮਸੀਤੇ ਟੁੱਟਦੇ ਪਏ ਨੇ। ਉਹ ਕਹਿੰਦਾ ਉਸਤਾਦ ਜੀ ਅੱਜ ਤੇ ਲਈਏ ਪੜ, ਅੱਗੇ ਮੇਰੇ ਪਿਓ ਦੀ ਤੋਬਾ ਬੜੀ ਮੁਸ਼ਕਿਲ ਸ਼ਾਦੀ ਕੀਤੀ ਹੈ ਤੇ ਕਰਜ਼ਾ ਅਜੇ ਨਹੀਂ ਲਿੱਤਾ, ਨਿਕਾਹ ਪਹਿਲੇ ਟੁੱਟ ਗਿਆ। ਮੌਲਵੀ ਕਹਿੰਦਾ ਰੁਪਈਆ 2000 ਦੇ ਮੈਂ ਦੁਬਾਰਾ, ਨਹੀਂ ਭਾਈ ਨਹੀਂ, ਨਮਾਜ਼ ਪੜ੍ਹਨ ਦਿਓ ਨੌਜਵਾਨਾਂ ਨੂੰ, ਅੱਲਾ ਦੇ ਦਰ ਤੇ ਆ ਲੈਣ ਦਿਓ ਨੌਜਵਾਨਾਂ ਨੂੰ।
ਸ਼ਰਾਬ ਪੀਣ ਵਾਲਾ ਬੰਦਾ ਯਜ਼ੀਦ ਨੂੰ ਬੁਰਾ ਨਾ ਆਖੇ, ਜੂਆ ਖੇਲਣ ਵਾਲਾ ਬੰਦਾ ਯਜ਼ੀਦ ਨੂੰ ਬੁਰਾ ਨਾ ਕਵੇ। ਆਪ ਜੂਆ ਬੈਠਾ ਖੇਲਦਾ, ਕਹਿੰਦਾ ਯਜ਼ੀਦ ਜੁਆਰੀ ਸੀ, ਆਪ ਨਮਾਜ਼ ਨਹੀਂ ਪੜ੍ਹਦਾ। ਯਜ਼ੀਦ ਕਦੀ ਕਦੀ ਛੱਡ ਦਿੰਦਾ ਸੀ, ਆਪ ਕੁੱਕੜ ਲੜਾਉਂਦਾ, ਕਹਿੰਦਾ ਯਜ਼ੀਦ ਮੁਰਗੇ ਲੜਾਉਂਦਾ ਸੀ। ਆਪ ਸ਼ਰਾਬ ਪੀਂਦਾ, ਕਹਿੰਦਾ ਯਜ਼ੀਦ ਸ਼ਰਾਬ ਪੀਂਦਾ ਸੀ। ਤੂੰ ਕਿਹੜੇ ਕੰਮ ਨਹੀਂ ਕੀਤੇ ਜਿਹੜੇ ਯਜ਼ੀਦ ਕੀਤੇ ਸੀ? ਉਹਨੇ ਕੀਤੇ ਨਹੀਂ ਕੀਤੇ, ਉਹਦੇ ਮੱਥੇ ਲਾ ਛੱਡੇ ਨੇ ਤੇ ਜਨਾਬਰਾ ਰੋਜ਼ ਕਰਦੇ ਨੇ। ਫਿਰ ਕਹਿੰਦਾ ਮੈਂ ਹੁਸੈਨ ਹੀ ਹਾਂ, ਹੁਸੈਨ ਨੇ ਤੈਨੂੰ ਮੱਥੇ ਹੀ ਨਹੀਂ ਲਾਣਾ। ਜੇ ਸੁਭਾਨ ਲੱਗੇ ਤਾਂ ਮੈਂ ਹਜ਼ਰਤ ਹੁਸੈਨ ਦੀ ਸ਼ਾਨ ਵਿੱਚ ਇੱਕ ਸ਼ੇਰ ਪੜ੍ਹ ਕੇ ਸੁਣਾ ਦੇਣਾ, ਹੁਸੈਨ ਕੌਣ? ਨਹੀਂ, ਹੁਸੈਨ ਨਹੀਂ ਬੋਲੇ, ਹੁਸੈਨ ਨਹੀਂ ਬੋਲੇ। ਹਜ਼ਰਤ ਹੁਸੈਨ ਨੇ ਸਰ ਰੱਖਿਆ ਸਜਦੇ ਵਿੱਚ, ਸਜਦਾ ਕਿਹਨੂੰ ਕੀਤਾ? ਬੋਲੋ ਬੋਲਿਆ ਹੈ, ਕਦੀ ਕੀਤਾ ਹੋਵੇ ਤਾਂ ਅੱਲਾ ਦਾ ਪਤਾ ਹੋਵੇ। ਸਜਦਾ ਕਿਹਨੂੰ ਕੀਤਾ? ਖੁੱਲ ਕੇ ਖੁੱਲ ਕੇ ਸਜਦੇ ਦੇ ਲਾਇਕ ਕੌਣ? ਆਵਾਜ਼ ਆਏ ਯਾਰ, ਆਵਾਜ਼ ਆਏ। ਚਲੋ ਮੈਂ ਹੁਣ ਚੈੱਕ ਕਰ ਲੈਂਦਾ, ਸਜਦਾ ਕਿਹਨੂੰ ਕਰਨਾ? ਫਿਰ ਬੋਲੋ, ਤੀਸਰੀ ਵਾਰੀ ਫਿਰ ਬੋਲੋ, ਜੇ ਚੌਥੀ ਵਾਰੀ ਖੁੱਲ ਕੇ ਬੋਲੋ, ਅੱਲੀ ਪੀ ਅੱਲਾ ਬੂਟੀ ਤੇ ਮੁਰਸ਼ਿਦ ਮਨ ਮੇਰੇ ਵਿੱਚ ਲਾਈ। ਕੁਰਬਾਨ ਕੀਤੇ ਨੇ, ਪਿਆਸ ਕਿਉਂ ਬਰਦਾਸ਼ਤ ਕੀਤੀ ਹੈ, ਪਰਦੇਸ ਕਿਉਂ ਕੱਟਿਆ ਹੈ? ਆਪ ਕਹਿੰਦੇ ਅੰਦਰ ਬੂਟੀ, ਓਏ ਅੰਦਰ ਬੂਟੀ ਮਸੀਕ ਮਚਾਇਆ ਤੇ ਜਾਨ ਫੁੱਲਣ ਤੇ ਆਈ। ਕਮਲੀ ਵਾਲਾ ਜੀਵੇ, ਪੜੋ ਸਾਰੇ, ਜੀਵੇ ਮੁਰਸ਼
مرشد کامل باہو پند تندور تے ہٹاں دا پالن اسی ہاما نال تپایا خط خط مکیاں کیتے پیڑے ات عشق پلے تھن لایا تن دی ہانڈی من دا سالن ات لون صبر دا پایا غلام فریدا میں سارا ہی تیرا تینو اجے یقین نہیں آیا سورج ڈھلدے ویکھے بجھے دیوے بلدے ویکھے ہیرے دا کوئی مل نہ پاوے کھوٹے سکے چلدے ویکھے جنہ دانا جگتے کوئی او وی پتر پلدے ویکھے لوکی کہندے ڈال نہیں گلدی اسا پتھر دل وی گلدے ویکھے رب دی رحمت نال اے بھلیا بندے پانی تے چلدے ویکھے رب دی رحمت نالوں بھلیا بندے پانی تے چلدے ویکھے علم پڑھن اشراف نہ ہون جڑے ہون اصل کمینے شوم کلو کدی دین نہیں ہوندا پاویں ہون لکھ خزینے پتل کدی بھی سونا نہیں بندا پاویں جڑیے وچ نگینے بن توحید بھلیا نہیں جنت ملدی پاویں میریے وچ مدینے جیوے مرشد اے جیوے مرشد سورج چند ستارے تیرے ندیاں نہر کنارے تیرے مالک دے مختار خدایا کوجے کملے پیارے تیرے اتے اتے دوی جہانی جیندے تیرے مارے تیرے دونوں پاسے رونق تیری جتے تیرے ہارے تیرے میں کیوں آکھاں میرا میرا تمہیں سب دا سارے تیرے ابراہیم خلیل وی تیرا اگری تیری انگارے تیرے سولی تے منصور وی تیرا زکریہ تیرا آرے تیرے او پاک حسین دے ہوٹھاں اتے نیزے تے وی نارے تیرے جیو مرشد بھائی بہت ہی گرمی تے بس کر دے نے نعرہ تکبیر شان محمد مصطفیٰ شان صحابہ شان اہل بیت شان اولیاء اللہ تاجدار ختم نبوت دو دفعہ زندہ باد تاجدار ختم نبوت تاجدار ختم نبوت جیو مرشد پیران دے غلام بولو منکر نہ بولو جیوے مرشد کامل باہو تے جن بوٹی لائی ہن بولو سجدہ کنو کرنا چاہی دے جڑے بندے اینکر کے ہاتھ پڑی بیٹھے نا انہاں اللہ دا نام نہیں لیا گوڈے چھڈو تے اللہ دا نام لو گوڈے چھڈو گوڈے میں بلوچا سے مولوی ہاں مینوں اندھیری ڈگی نظر آ جاندی سی چٹے چرنے بندے نظر نہیں آن گئے ہن آکھو سجدے دے لائق کون ہے آواز میرے تک نہیں پہنچ رہی ہے یہ میں جلسے دے قادری بننا ویسے میں بھی نقش بندی ہوں سجدے دے لائق کون ہے میرا سجے ہاتھ کی زیارت کراؤ نا سجے دے دے لائق کون ہے یا اللہ جنہ ہاتھ کھڑا کی تینوں فالج نہ ہوئے کینسر نہ ہوئے شوگر نہ ہوئے اے ہاتھ قیامت تک دیا نسلہ بھی کسی دے محتاج نہ ہونا ہن بول سجدے دے لائق کون ہے کون ہے کون ہے حضرت حسین نے سر رکھیا سجدے دے اندر سبحان ربی العالی پڑھیا تے شاعر بولیا حسین کہندا ہے سرور جو اس دی یاد وچ نہ سوز وچ نہ ساز وچ حسین دسیا رضا خدا دی نہ ناز وچ نہ نیاز وچ سلام پھیرن تو بعد ناصر نماز ہوندی ہے سب دی پوری حسین سجدے تے سر کٹایا ہے حسین اج بھی نماز وچ
جے سبحان اللہ کہے تے پیغام بھی دے دیاں، جے تو پاک شبیر نو مندا اے بیٹا یا پیسے گننا جی میرا بیٹا بیٹھ کے فرنٹ تے ہو تے ویڈیو تیری بن رہی ہے ساری ویڈیو تو پیسے ویکھی جانا ہے بیٹا چک لا لے کے دیکھ میرے ہاتھ اللہ تیری زندگی کی برکت دے تینوں حافظ بنائے قاری بنائے عالم بنائے ماں پیو دی اکھاں دی ٹھنڈک بنائے اگر تیرے ماں پیو تے بیٹھے تو اللہ انہاں نوں میرے سمے جلدی جلدی حج تے لے جائے دیکھے بچے نے شرارت کیتی ہے دعاواں کتنیاں لے لئی ہے سارے نہ کرن لگ پویا جے تو پاک شبیر نو مندا اے کردار اپنا تینو چس آوے ہے درد خاص مرائیاں دا کر شرم حیا تینو چس آوے من کیسر پاک صدیقاں نو پورے دین تیا تینو چس آوے پر چھوڑ تو کوڑیاں رسماں نو قرآن سنا تینو چس آوے ان الذين قالوا ربنا الله ثم استقاموا تتنزل عليهم الملائكه الا تخافوا ولا تحزنوا وابشروا بالجنه التي كنتم توعدون والى الہ واحد لا الہ الا ہو الرحمن الرحیم امن یجیب المضطر اذا دعا قل ہو اللہ احد اللہ الصمد لم یلد ولم یولد فلم یکن له کفوا احد میں تمہید کی دور چلا گیا اے گرمی کوئی گرمی نہیں اے حبس کوئی حبس نہیں اصل گرمی قبر وچ ہونی ہے ایتھے ایئر کنڈیشن دا بندوبست کر کے لے جانا ہے نال ہی پکھیاں دا بندوبست کر کے لے جانا ہے بندوبست فرمایا نمازاں والا پنکھا نال لے کے جاویں تلاوت والا پنکھا نال لے کے جاویں زہد والا پنکھا نال لے کے جاویں صبر والا پنکھا نال لے کے جاویں شکر والا پنکھا نال لے کے جاویں اللہ دی توحید والی ہوا نال لے کے جاویں اپنا اٹھنا تے بیٹھنا تے کھانا تے پینا تے خلوت تے جلوت تے خوشی تے غمی مسیح سے آنا تے مسیح تو جانا ہر حال دے اندر حضور دی سنت نال لے کے جاوی جے تو اے خرچہ نال لے کے گیو تیری صورت ویکھ کے پرستیاں کھڑا ہے کیوں حساب کریے اے تے محمدی لگدا اے حساب لینے رب نے دشمن کھولو حساب لینے رب نے مشرکاں کھولو حساب لینے رب نے بدتیاں کھولو حساب لینے رب نے صدیق اکبر دے گساخاں کھولو حساب لینے عمر تے عثمان دے منکراں کھولو حساب لینے پیر علی دے بے ادباں کھولو حساب لینے امی عائشہ دی بے ادبی کرن والیاں کھولو حساب لینے حسن حسین دے مصر نو چھوڑن والیاں کھولو حساب لینے مسجد تو منہ موڑن والے کرو تے جنہاں نے دنیا وچ رہ کے اللہ دے راج نو منے محمد دے رواج نو منے اور اللہ دے رسول دے دتی ہوئی جماعت صدیق ہوے عمر ہوے عثمان ہوے علی ہوے طلحہ ہوے زبیر ہوے سعد ہوے سعید ہوے ابو ہریرہ ہوے ابو عبیدہ ہوے حنظلہ ہوے حذیفہ ہوے امیر معاویہ ہوے ابو سفیان ہوے سنا حسن ہوے سنا حسین ہوے نبی دی ازواج خدیجہ ہوے ام سلمہ ہووے ماریا قبطیہ ہووے میمونہ ہووے زینب ہووے عائشہ ہووے مکہ ہووے مدینہ ہووے جڑا نبی دی حیا کردا گیا ہے تے نبی دے لگدیاں دا وی حیا کردا گیا ہے فرمایا تیرے کولوں تے لکھا منگنا ہی کوئی نہیں ہن سو جا قیامت دے دن اٹھ کے جنت ٹر جائی
हिसाब याद कर लो, तीन सवाल ने, रब कौन है, नबी कौन है, दीन केड़ा है। हुण दा सुभान अल्लाह खुद वापस आइए, जिहड़ी मैं गल करना चाहता सा, ए कुरान दा जलसा है। वैसे अज दा दिन तो तुसी ये पखे दा ते मोटर दा बटन बाहर ला छड़वा, हर पांच मिनट बाद उंगल लैंदे हो। तो साड़ी कौम यही थी, थोड़ी जी लैट खट जाए तो फिर की हो गया। अल्लाह की तौहीद, नबी दी खत्मे नबूवत, और याद रखो ये सारिया चीजा तो मसीह तो लभनिया। घबरा गए हो? तौहीद का मरकज भी मस्जिद, सुन्नत का मरकज भी मस्जिद, सदाकत का मरकज भी, अदालत दा, सखावत दा, सुजात दा, दयानत दा मरकज मस्जिद। और मस्जिद किदे वास्ते ने? वअन्नल मसाजिद लिल्लाह फला तदउ मअल्लाह अहदा। ते कुर्बान जावां मना मौलवियां तू जिहड़े 12 बजे स्पीकर खोल, हजरात एक जरूरी ऐलान सुनो, शेरू कसाई की दुकान ते कट्टे दा गोश्त आ गया है। ते ऐलान मसीह ते पिया हुंदा है, खुदा दा खौफ करो, मसीह ते इस वास्ते ने। ते तुसी एडे स्याणे हो गए, जिहड़ा मौलवी ऐलान ना करे उन्हें चंदा नहीं दिंदे। 10 रुपए मसीह ते देने ने ते पूरा टब्बर बख्शाउणा है। फलाने आदमी ने 10 रुपये दिते, खुदा इहनू भी बख्शे, दे प्यो नू भी, दी मां नू भी, दादे नू भी, परदादे नू भी, जड़ दादे नू भी। 10 रुपए मसीह ते दिते, तू 50 रुपए दी बिजली सड़ गई है। मस्जिद अल्लाह के लिए हैं। पहले मस्जिदां खुली आउंदियां सी, एक अल्लाह वाला टाइम है थोड़ा जिहा, कोई नहीं, मैं भी गर्मी तुसी गर्मी ते बैठ जान दे। इन बाद पता की आखना है, इन्हें आखना जे मौलवी बख्शे गए ना, सारी तकरीर सुनने तो बाद जट्टा का खुलासा ही हो, आए जे मौलवी बख्श के गए। सत क्यों जनती 23 मॉडल बाबा है ते नाई नु आए बैठा है, आए मेरी भी मुन। अगो कहंदा बाबा जी मोटर वे ते खड्डे पै गए ने, हुण उस तरह नहीं चलदा। अगो बाबा कहंदा कुछ तरला मैं करना, कुछ तू कर। बाबा तू की करना? कहंदा मैं फूक भरांगा। ओ मुंह वड़ गया ना विच, हुण मुंह च फूक भरी बैठे। जो नाई उस तरह रखा तो बाबे के मुंह च फूक निकल गई, आगे आप समझो नतीजा के निकले हो सी। हुण केड़ी होर ताड़ी आई, हुण ते तौबा कर ला, पाक नबी दी सुन्नत नूं आ लैण दे। 70 साल सुन्नत दा मुकाबला कीते ही तेरे उस्तरे घस गए, सिफतियां घस गईयां, ब्लेड मुक गए, ये तीसरी दीवार फिर भी वाल बाहर आ जांदे ने। हुण ते मन ना बे मुहम्मद दी सुन्नत हरण वास्ते नहीं आई, जितण वास्ते आई है। 12 नबी अव्वल नूं ताजा शेव करा करके हजूर दे मिलाद दे जलूस ते जा रहे हैं, शर्म कर। नबी पाक दी सुन्नत गंदी नाली सुट्टी खड़े अजी, खुराक होंदी है। मैं आखा तेनू कोई होर खुराक है, यकीन जाने बाबे ने। मैं आखा 70 साल मैं बाबा जी दाड़ी रख आए, मैनू खुराक होंदी। मैं आखा बाबा जी जेडे फरिश्ते तो रंदा फेरना है ना, है नासर बदरी अंदर रूटा वेटर है। वापस आ जाओ, चंगे रहोगे। अल्लाह वाला उठिया तहज्जुद दी नमाज लई, इधरों बाबे ने मुसल्ला सीधा किया, इधरों 5-4 डाकुआ छलांग मारी बाबे दे घर। बाबा जी ने कहा ओए चोर हो तुसी, चोर दौड़ पे ते तुहाड़े इलाके तो समझाने वाले बट सब गल ही कोई।
ਅੱਗੇ ਪੁਰਾਣੇ ਜ਼ਮਾਨੇ 'ਚ ਕੂਕ ਮਰੇ ਦਿਨ ਚੋਰੋ ਤੇ ਉਮਰ ਰਾਵੀ ਪਾਰ ਟੱਪ ਜਾਂਦੀ ਆਵਾਜ਼, ਅਗਲੇ ਪਿੰਡ ਵਾਲਿਆ ਅਗਲੇ ਪਿੰਡ ਵਾਲਿਆ ਅਗਲੇ ਪਿੰਡ ਵਾਲਿਆ, ਬਾਬੇ ਨੇ ਆਵਾਜ਼ ਮਾਰੀ ਗਲੀ ਚੋਰੋ ਚੋਰ ਪਕੜੋ ਪਕੜੋ। ਜਿਹੜੇ ਉਸ ਟਾਈਮ ਜਾਗਦੇ ਹਨ, ਹਨ ਬਾਬੇ ਨਹੀਂ ਸਮਝ ਆਇਆ, ਜਿਹੜੇ ਜਾਗਦੇ ਪਏ ਹਨ ਹਨ ਉਹ, ਇਹ ਬਾਬੇ ਨੀ ਜਿਹੜੇ ਤੁਹਾਡੇ ਹਨ, ਉਹ ਬਾਬੇ ਉਹ ਇਹ ਬਜ਼ੁਰਗਾਂ ਦੀ ਲੈਣ ਵਾਲੇ, ਹਜ਼ਰਤ ਪੀਰ ਜ਼ੁਲਫ਼ਕਾਰ ਅਹਿਮਦ ਨਕਸ਼ਬੰਦੀ ਦਾਮਤ ਬਰਕਾਤ ਮੁਲਾਰੀਆ ਦੇ ਲੈਣ ਵਾਲੇ। ਚਾਰ ਪੰਜ ਬਾਬੇ ਅੱਗੇ ਪਿੱਛੋਂ ਲੱਗ ਗਏ ਤੇ ਚੋਰ ਅੱਗੇ ਚੋਰੋ ਚੋਰ ਪਕੜੋ ਪਕੜੋ। ਅੱਗੇ ਹੁਣ ਚੋਰਾ ਆਖਿਆ ਵੀ ਅੱਜ ਪਛਦੇ। ਅਚਾਨਕ ਵੇਖਿਆ ਮਸਜਿਦ ਖੁੱਲੀ ਪਈ ਸੀ, ਪਹਿਲੇ ਜ਼ਮਾਨੇ ਵਿੱਚ ਮਸੀਤਾਂ ਖੁੱਲੀ ਆਉਂਦੀਆਂ ਸੀ, ਕਿਉਂ ਪੱਖੇ ਕੋਈ ਨਹੀਂ ਸੀ ਆਉਂਦੇ, ਇਹ ਕੀਮਤੀ ਘੜੀਆਂ ਕੋਈ ਨਹੀਂ ਸੀ ਹੁੰਦੀਆਂ, ਵਾਟਰ ਪੰਪ ਕੋਈ ਨਹੀਂ ਸੀ ਹੁੰਦੇ, ਏਅਰ ਕੰਡੀਸ਼ਨ ਕੋਈ ਨਹੀਂ ਸੀ ਹੁੰਦੇ, ਐ ਮੀਆਂ ਸਪੀਕਰ ਕੋਈ ਨਹੀਂ ਸੀ ਹੁੰਦੇ, ਮਿੱਟੀ ਦੇ ਲੋਟੇ ਹੁੰਦੇ ਸੀ। ਜਦੋਂ ਤੱਕ ਲੋਟਾ ਮਸਜਿਦ 'ਚ ਰਿਹਾ ਇਨਕਲਾਬ ਰਿਹਾ, ਤੇ ਜਦੋਂ ਦਾ ਬਦਬਖਤ ਅਸੈਂਬਲੀ ਚਲਾ ਗਿਆ। ਲੋਟੇ ਦੀ ਕੀਮਤ 10 ਕਰੋੜ, ਇਹ ਜੀ 10 ਕਰੋੜ ਦਾ ਲੋਟਾ ਹੈ, ਨਾ ਮੈਂ ਨਹੀਂ ਲੈਣਾ, ਮੈਂ ਘਰ ਵੀ ਜਾਣਾ, ਨਾ ਵਿਕਣੇ ਵਾਲਾ ਨਾ ਝੁਕਣੇ ਵਾਲਾ, ਜ਼ਾਹਿਰ ਹੈ ਤੂੰ ਲੱਖਾਂ 'ਚ ਵਿਕਿਆ ਹੀ ਨਹੀਂ। ਜਿਹੜੇ ਪਾਸੇ ਹਰਿਆਲੀ ਵੇਖੀ ਤੋਤਾ ਉਧਰ ਦੌੜ ਕੇ ਮਸੀਤ 'ਤੇ ਡਾਕੂ ਵੜ ਗਏ ਤੇ ਡਾਕੂਆਂ ਦਾ ਸਰਦਾਰ ਆਖਣ ਲੱਗਾ, ਹੋਏ ਬਾਬੇ ਕੋਲ ਬਚਣਾ ਬਚਣਾ, ਡਾਕੂਆਂ ਦਾ ਸਰਦਾਰ ਆਖਣ ਲੱਗਾ ਮੈਂ ਨਮਾਜ਼ ਪੜ੍ਹਾਉਣਾ, ਪਿੱਛੋਂ ਪੜ੍ਹੋ। ਨਾ ਜਮਾਤ ਦਾ ਟਾਈਮ ਨਾ ਕੋਈ ਵੁਜ਼ੂ, ਅੱਲਾਹੁ ਅਕਬਰ ਤੋਂ ਨਾ ਵੇ ਅੱਗਾ ਪਿੱਛੋਂ ਇਸ ਚੋਰ ਦੇ। ਬਾਬੇ ਦੌੜਦੇ ਦੌੜਦੇ ਆਏ ਤੇ ਦਰਵਾਜ਼ੇ ਤੇ ਖੜੇ ਹੋ ਕੇ ਵੇਖਿਆ ਮਸੀਤੇ ਰਾਤ ਦੇ 1:30 ਵਜੇ ਜਮਾਤ ਹੋਈ ਖੜੀ। ਵਾਹ ਨਮਾਜ਼ੀਓ। ਹੁਣ ਬਾਬੇ ਆਪਸ ਵਿੱਚ ਮਸ਼ਵਰਾ ਪੇ ਕਰਨ, ਬਈ ਇਹ ਕੋਈ ਨਮਾਜ਼ ਸ਼ਮਾਜ਼ ਕੋਈ ਨਹੀਂ, ਹੁਣੇ ਫੱਦੋ ਤੇ ਥਾਣੇ ਦਿਓ ਤੇ ਜਿਹਦੇ ਘਰ ਆਇਆ ਨਾ ਉਹ ਸਕਿਆ, ਹੁਣ ਨਹੀਂ ਫਦਣਾ, ਹੁਣ ਨਹੀਂ ਕੁਝ ਕਹਿਣਾ, ਕਿਉਂ ਮੇਰੇ ਘਰ ਆਏ ਸੀ ਤੇ ਫਿਕਰ ਮੈਨੂੰ ਸੀ, ਹੁਣ ਘਰ ਜਾਣੇ ਤੇ ਘਰ ਵਾਲਾ ਜਾਣੇ। ਇਹ ਬੰਦੇ ਦੇ ਬੱਚੇ ਬਾਬੇ ਹੁੰਦੇ ਸੀ ਜਿਹੜੇ ਮਸੀਤੇ ਚੋਰ ਵੀ ਆ ਜਾਂਦੇ ਹਨ ਤੇ ਨਾਨ ਕੱਢਦੇ। ਅੱਜ ਦਾ ਮੌਲਵੀ ਬਿਸਤਰ ਚਾ ਕੇ, ਇਹ ਜੀ ਸਾਡੀ ਮਸੀਤ ਤੇਰੇ ਪਿਓ ਦੀ ਏ, ਮਸਜਿਦ ਨਾ ਦਿਓ ਬੰਦੀ ਬਰੇਲਵੀ ਬਾਬੀ, ਮਸਜਿਦ ਕਿਹਦੀ ਏ, ਉਹ ਬੋਲੋ ਖੁਦਾ ਦਾ ਵਾਸਤਾ ਬੋਲੋ, ਮਸਜਿਦ ਕਿਹਦੀ ਏ, ਮਸਜਿਦ ਅੱਲਾ ਦੀ ਏ, ਇਹਦੇ ਵਿੱਚ ਅੱਲਾ ਦੀ ਗੱਲ ਕਰੋ। ਇਤਨੇ ਦੇਰ ਨੂੰ ਜਮਾਤ ਪਹੁੰਚ ਗਈ ਅਤਾਹੀਆ ਤੇ, ਬਾਬੇ ਹਟ ਗਏ ਤੇ ਉਹਨਾਂ ਪਿੱਛੇ ਕਾਣੀਆਂ ਕਰਕੇ ਵੇਖਿਆ ਵੀ ਬਾਬੇ ਟੁਰ ਗਏ ਨੇ, ਉਹਨਾਂ ਲੁਕਮਾ ਦਿੱਤਾ। ਇਹ ਹਜ਼ਰਤ ਜੀ ਹੁਣ ਵੀ ਲੁਕਮਾ ਬਜ਼ੁਰਗ ਬਾਬੇ ਬੁੱਢੜੇ ਦਿੰਦੇ ਹੀ ਨੇ, ਥੋੜੀ ਜਿਹੀ ਅਤਾਹੀਆ ਲੰਬੀ ਹੋ ਜਾਏ ਨਾ, ਪਿੱਛੋਂ ਕਈ ਬੰਦੇ। ਹੁਣ ਜਿਹੜਾ ਬੰਦਾ ਜਾਣ ਕੇ ਬਈ ਜੋ ਖੰਗੋਰਾ ਮਾਰੇ ਉਹਦੀ ਹੋਈ ਏ ਕਿ ਨਹੀਂ, ਇਹ ਤੇ ਉਲਮਾ ਦੱਸਣਗੇ, ਮੌਲੀ ਮਰ ਤਾਂ ਨਹੀਂ ਗਿਆ। ਤੁਸੀਂ ਉਸ ਮਸੀਤ ਤੇ ਤਰਾਵੀਆਂ ਪੜ੍ਹਦੇ ਹੋ ਮਾਸ਼ਾਅੱਲਾ, ਕਿ ਜਿਸ ਮਸੀਤ ਤੇ 10 ਮਿੰਟ ਬਮਾਏ ਵਿਤਰ, ਕੋਈ ਗੱਲ ਸਮਝ ਨਹੀਂ ਆਉਂਦੀ। ਜੇ ਖਾਨੇ ਕਾਬੇ ਜਾ ਕੇ ਪੜ੍ਹੋ ਤੇ ਪਤਾ ਲੱਗੇ, ਉਹਨਾਂ ਦਾ ਠਹਿਰ ਠਹਿਰ ਕੇ ਪੜ੍ਹਨਾ الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين هو الله الذي لا إله إلا هو
عالم الغيب والشهادة هو الرحمن الرحيم هو الله الذي لا إله إلا هو الملك القدوس السلام المؤمن المحيمن العزيز الجبار المتكبر سبحان الله سبحان الله سبحان الله سبحان الله عما يشركون هو الله الخالق البارئ المصور له الأسماء الحسنى يسبح له ما في السماوات والأرض وهو العزيز الحكيم الله أكبر لبو يا جب مولوی جڑا تم ساری سیراں کرائے حالانکہ میں دار دی شدید درد وچ بیٹھا پھر لگا بیٹھا اللہ اکبر توجہ ہے جنہاں نے قرآن سن کے ایمان تازہ ہویا ہے نا سبحان اللہ پھر جیندے آلے آکھو ایک ویری پھر ذرا ایک ویری پھر چوتھی ویری ذرا دونوں ہاتھ لہرا کے یہ میں ایویں نہیں چار ویری کلائی میں تینوں چار مصرے سنانے نے اسا ہے حبدار صداقت دے تے صدیق دا بڑا احسان جدا لقب فاروق اعظم ہے ہر محفل وچ دی شان جے دین تے سب کچھ وار دتا اس مرد دا نام عثمان جڑا نام علی تو سڑدا ہے ساڈی نظر دے وچ بے ایمان جڑا نام علی تو سڑدا ہے ساڈی نظر دے وچ بے ایمان ہن بولے مسلمان ہلائے زبان راضی ہو جائے رحمان کرے فکر جس کے دل دے اندر نہیں عشق صدیق ولی دا او بھی جان ایمان تو خالی ہے جڑا دشمن عمر جری دا او بھی کدی نہ جنت جاسی جنوں نہیں پیار عثمان غنی دا آدم او بھی پکا کافر جڑا نہیں حبدار علی دا آدم او بھی پکا کافر جڑا نہیں حبدار علی دا نام لو جی جڑا نہیں حبدار اچھی آپ جڑا نہیں حبدار اج بھی کچھ نہیں بولے جڑے علی والے ہو صدیق والے فاروق والے عثمان والے علی والے کھل کے بولو جڑا نہیں حبدار اسا حیدر والے ہاں ساڈا پیر علی سونا قرآن میں پڑھا تقریر میں کرا بیان میں کرا تے شعر میں پڑھا تے جدو نعت آوے تے نعت میں پڑھا تے پھر بھی تسی نعت خانہ والا انج ہی تے سانو بالکل انج ہی اسی حیدر والے ہاں ساڈا پیر علی سونا جنہاں دا ہے او بولو نہیں جنہاں دا علی پیر او چی ਅਸੀਂ ਹੈਦਰ ਵਾਲੇ ਹਾਂ ਸਾਡਾ ਪੀਰ ਅਲੀ ਸੋਨਾ ਅਸੀਂ ਹੈਦਰ ਵਾਲ ਪੜੋ ਅਸੀਂ ਹੈਦਰ ਵਾਲੇ ਹਾਂ ਕੁਝ ਬੰਦਿਆਂ ਹੈਦਰ ਵਾਲੇ ਹਾਂ ਅੱਲਾਹ ਤੁਹਾਨੂੰ ਸ਼ਿਫਾਏ ਕਾਮਲਾ ਅਤਾ ਫਰਮਾਏ
ਤੁਸੀਂ ਹੈਦਰ ਦੇ ਦਿੱਤਾ ਦੁਸ਼ਮਣਾਂ ਨੂੰ, ਕਬਜ਼ਾ ਵਾਪਸ ਲਓ। ਅਸੀਂ ਹੈਦਰ ਵਾਲੇ ਹਾਂ, ਸਾਡਾ ਪੀਰ ਅਲੀ ਸੋਹਣਾ ਹਾਂ। ਅਸੀਂ ਹੈਦਰ ਵਾਲੇ ਹਾਂ, ਸਾਡਾ ਪੀਰ ਅਲੀ ਸੋਹਣਾ ਹਾਂ। ਸਿੱਦੀਕ ਫਾਰੂਕ ਗਨੀ ਦੇ ਬਾਦ ਇਹ ਅਮੀਰ ਅਲੀ ਸੋਹਣਾ। ਅਲੀ ਕੁਰਾਨ ਦਾ ਕਾਰੀ ਏ, ਸੋਹਣੀ ਰੱਖਦਾ ਦਾੜੀ ਏ। ਅਲੀ ਕੁਰਾਨ ਦਾ ਕਾਰੀ ਏ, ਸੋਹਣੀ ਰੱਖਦਾ ਦਾੜੀ ਏ। ਪੈਰਾਂ ਤੋਂ ਜ਼ੁਲਫਾਂ ਤਾਈਂ ਇਹ ਆਖੀਰ ਅਲੀ ਸੋਹਣਾ। ਬੇਟਾ ਬੈਠ ਜਾਓ, ਬੇਟਾ ਬੈਠ ਜਾਓ, ਬੇਟਾ ਬੈਠ ਜਾਓ, ਬੇਟਾ ਬੈਠ ਜਾਓ। ਪੈਰਾਂ ਤੋਂ ਜ਼ੁਲਫਾਂ ਤਾਈਂ ਇਹ ਆਖੀਰ ਅਲੀ ਸੋਹਣਾ। ਆਖੋ ਅਸੀਂ ਹੈਦਰ ਵਾਲੇ ਹਾਂ, ਸਾਡਾ ਪੀਰ। ਅਸੀਂ ਹੈਦਰ ਵਾਲੇ ਹਾਂ, ਸਾਡਾ ਪੀਰ, ਸਾਡਾ ਪੀਰ, ਸਾਡਾ ਪੀਰ। ਜਿਹੜਾ ਨਹੀਂ ਮੰਨਦਾ ਉਹਦੇ ਡੱਡ ਚ ਪੀੜ। ਸਾਡਾ ਪੀਰ, ਸਾਡਾ ਪੀਰ। ਅਜ਼ਮਤ ਅਲੀ ਅਲ ਮੁਰਤਜ਼ਾ, ਅਜ਼ਮਤ ਅਲੀ ਅਲ ਮੁਰਤਜ਼ਾ, ਅਜ਼ਮਤ ਸਦੀਕ ਅਕਬਰ, ਅਜ਼ਮਤ ਫਾਰੂਕ ਆਜ਼ਮ, ਅਜ਼ਮਤ ਉਸਮਾਨ ਗਨੀ, ਅਜ਼ਮਤ ਅਲੀ ਅਲ ਮੁਰਤਜ਼ਾ। ਨਾਰੇ ਤਕਬੀਰ। ਇਸ ਨਾਰੇ ਤੇ ਖੁੱਲ ਕੇ ਜਰਾ ਦੋ ਦਫਾ ਜ਼ਿੰਦਾਬਾਦ ਕਹਣਾ। ਤਾਜ ਤਖਤ ਖਤਮ ਨਬੂਵਤ ਜ਼ਿੰਦਾਬਾਦ, ਤਾਜ ਤਖਤ ਖਤਮ ਨਬੂਵਤ ਜ਼ਿੰਦਾਬਾਦ। ਇਤਨੀ ਜ਼ੋਰ ਸੇ ਬੋਲੋ ਕਿ ਹਜ਼ੂਰ ਕੀ ਖਤਮ ਨਬੂਵਤ ਕੇ ਮੁਨਕਰੋਂ ਕੇ ਕਲੇਜੇ ਨਾਰੇ ਸੇ ਫਟ ਜਾਏ। ਤਾਜ ਤਖਤ ਖਤਮ ਨਬੂਵਤ ਜ਼ਿੰਦਾਬਾਦ, ਤਾਜ ਤਾਰੇ ਖਤਮ ਨਬੂਵਤ, ਅਜ਼ਮਤ ਸਿੱਦੀਕ ਅਕਬਰ, ਅਜ਼ਮਤ ਫਾਰੂਕ ਆਜ਼ਮ, ਅਜ਼ਮਤ ਉਸਮਾਨ ਗਨੀ, ਅਜ਼ਮਤ ਅਲੀ ਉਲ ਮੁਰਤਜ਼ਾ। ਤੇਰਾ ਹੁਸੈਨ ਮੇਰਾ ਹੁਸੈਨ, ਤੇਰਾ ਹੁਸੈਨ ਮੇਰਾ ਹੁਸੈਨ। ਬਾਬਾ ਦਿਓ ਬੰਦੀਓ ਸਾਰੇ ਨਾਰੇ ਮੌਲਵੀ ਲਵਾਏ, ਬਿਆਨ ਵੀ ਮੌਲਵੀ ਕਰੇ। ਤੁਸੀਂ ਸਾਰੇ ਲੰਮੇ ਪੈ ਜਾਓ, ਤੁਹਾਡੇ ਤੇ ਕੁੱਲ ਵੱਲਾ ਹੀ ਮੌਲਵੀ ਪੜੇ। ਜਦੀਦੀਅਤ ਮੁਰਦਾਬਾਦ ਕੋਈ ਨਹੀਂ ਆਖਣਾ, ਕਿਉਂ ਕੰਮ ਸਾਰੇ ਹੀ ਉਹ ਕਰਦੇ। ਤੇਰੇ ਕੋਲ ਨਮਾਜ਼ ਦਾ ਟਾਈਮ ਨਹੀਂ, ਨਾ ਟਾਈਮ ਵਾਂਝਾ ਅੱਜ ਟਾਈਮ ਏ। ਤੇਰੇ ਕੋਲ ਨਮਾਜ਼ ਦਾ ਟਾਈਮ ਨਹੀਂ, ਨਾ ਟਾਈਮ ਵਾਂਝਾ ਅੱਜ ਟਾਈਮ ਏ। ਜਦ ਟਾਈਮ ਵਾਲੇ ਖਸ ਟਾਈਮ ਲਿਆ, ਬਤ ਕਰ ਸੇ ਕਿਆ ਅੱਜ ਟਾਈਮ ਏ। ਤੈਨੂੰ ਟਾਈਮ ਦਿੱਤੇ ਰੱਬ ਆਪਣੇ ਕੀਤੇ, ਘਰ ਰੱਬ ਦੇ ਆ ਅੱਜ ਟਾਈਮ ਏ। ਬਤ ਰਾਸੀ ਕੋਲ ਤੇਰੇ, ਉੱਠੀ ਰੱਬ ਨੂੰ ਮਨਾ ਅੱਜ ਟਾਈਮ ਏ। ਉਹਨਾਂ ਪਿੱਛੋਂ ਲੁਕਮਾ ਦਿੱਤਾ, ਯਾਦ ਹੈ ਗੱਲ। ਬਾਬੇ ਤੁਰ ਗਏ ਸਰਦਾਰ ਜੀ ਨਸ ਚਲੀਏ, ਇਮਾਮ ਬੈਠਾ ਸਰਦਾਰ ਜੀ, ਬਾਬੇ ਤੁਰ ਗਏ ਇਮਾਮ ਬੈਠਾ। ਅੱਗੇ ਆ ਕੇ ਵੇਖਿਆ ਬਹੁਤ ਨਹੀਂ ਹੋਇਆ, ਦੇਖਿਆ ਤੇ ਦਾਰੋ ਕਤਾਰ ਰੋਈ ਜਾਵੇ, ਝੋਲੀ ਆਸੋ ਨਾਲ ਤਰ ਹੋ ਗਈ ਏ। ਉਹਨਾਂ ਕਹਾ ਸਰਦਾਰ ਜੀ ਜਾਨ ਬਚ ਗਈ ਏ, ਰੋਂਦੇ ਕਿਉਂ ਜੇ? ਕਹਿਣ ਲੱਗਾ ਬੇਵਕੂਫੋ, ਤੁਹਾਨੂੰ ਪਤਾ ਹੀ ਨਹੀਂ ਚੱਲਿਆ, ਝੂਠ ਮੂਠ ਦੀ ਨੀਤੀ ਏ ਤੇ ਬਾਬਿਆਂ ਮਾਫੀ ਦਿੱਤੀ ਏ। ਜੇ ਸੱਚ ਪੜ ਲਈਏ ਤੇ ਅੱਲਾ ਵੀ ਮਾਫੀ ਦੇ ਦੇਵੇਗਾ। ਅੱਜ ਤੋਂ ਬਾਅਦ ਸਾਡੀ ਚੋਰੀ ਤੋਂ ਤੋਬਾ। ਮੇਰੇ ਮੁਅੱਜ਼ਜ਼ ਸਾਮਈਨ, ਆਓ ਕੁਰਾਨ ਵਾਲੇ ਤੁਹਾਨੂੰ ਬੁਲਾ ਰਹੇ ਨੇ। ਹਈਆ ਲਸਲਾ ਹਈਆ ਲਲ ਬਲਾ ਦੀਆਂ ਸਦਾਵਾਂ ਸਦਾਵਾਂ ਲਾ ਰਹੇ ਨੇ। ਆਓ ਮੌਲਾਨਾ ਯਾਸਿਰ ਇਕਬਾਲ ਸਾਹਿਬ ਬੁਲਾ ਰਹੇ ਨੇ। ਆਪ ਵੀ ਕੁਰਾਨ ਪੜ੍ਹ ਲਓ, ਬੱਚਿਆਂ ਨੂੰ ਵੀ ਕੁਰਾਨ ਪੜ੍ਹਾ ਲਓ, ਕਾਮਯਾਬੀ ਮਿਲ ਜਾਏਗੀ। ਕੁਰਾਨ ਇੰਨੀ ਇੱਜ਼ਤ ਵਾਲੀ ਕਿਤਾਬ ਏ, ਕੱਪੜਾ ਕੁਰਾਨ ਨਾਲ ਲੱਗ ਜਾਏ ਤੇ ਇੱਜ਼ਤ ਮਿਲ ਜਾਂਦੀ ਏ, ਲੱਕੜੀ ਕੁਰਾਨ ਨਾਲ ਲੱਗੇ ਤੇ ਇੱਜ਼ਤ ਮਿਲ ਜਾਂਦੀ ਏ, ਕਾਗਜ਼ ਕੁਰਾਨ ਨਾਲ ਲੱਗੇ ਤੇ ਇੱਜ਼ਤ ਮਿਲ ਜਾਂਦੀ ਏ। ਆਪ ਅੰਦਾਜ਼ਾ ਲਓ, 1446 ਸਾਲ ਬਾਅਦ ਅੱਜ ਕੋਈ ਕੁਰਾਨ ਜਾ ਕੇ ਸੀਨੇ ਨਾਲ ਲਾ ਕੇ ਬਾਜ਼ਾਰ ਵਿੱਚ ਚੱਲੇ, ਉਹਨੂੰ ਕੰਡ ਕੋਈ ਨਹੀਂ ਕਰਦਾ, ਕਿਉਂ ਬਾਈ? ਕਹਿਣ ਲੱਗੇ
इन्हें कुरान सीने नाल लाया होया है। जेड़ा कुरान सीने नाल ला लवे ओनू शाना मिलती ने, जेड़ा सीने विच पा लवे अपने बच्चों नू कुरान पढ़ाओ, अपने बच्चों नू कुरान दे नेड़े ले आओ, वरना बातें ले तरह तरह दिया गेमां कड़ियां ने। पहले पबजी सारा मैंने पता, तुहानू कोई पता नहीं, छोटे छोटे बच्चे और मारो परो मारो है, और पिछु फौज आ गई, और पिछु आ गए मारो मार, सारी रात यकीनन नींद नहीं सी आती, मारो मार, बंदा पुछता किन मारन लगा, वेखे बिस्तर से मारन लगा, मारो मार पिछु आ पबजी सी। अखीर उन्हें देखा भी छोटे बच्चे दो लड्डू आ गए, रस्सी बनी है ये रस्सी दो लड्डू, अगले दिन वेख्या एक बंदा वसल बन के खेडे पिया, सदके भाई सदके लोटे अदर फरमान लोटे ही बने हुए ने, इंशाल्लाह आन करीब घड़े बनेंगे। हाथ से तस्वीर छुड़ाने के लिए मुख्तलिफ बातिल के हरबे देखिए, हाथ से कुरान छुड़ाया मोबाइल थमाया, मोबाइल साफ हर रोज फोन साफ करते हो लेकिन कुरान कई कई महीने पड़ा रहता है, तिलावत की तौफीक नहीं हुई, ये तो क्यामत वाले दिन पता चलेगा ना दोस्तों कि हमने कुरान को छोड़ा और कितनी बड़ी संगीन गलती की। बच्चों को कुरान पढ़ाओ, सही रहोगे अच्छे रहोगे, एम ए बी ए पत्नी की है। पढ़ के ते फिर नौकरी नहीं मिलती, पखे ना लटक के खुदकुशी कर जाते ने, कभी कोई मौलवी वेख्या है? हां ये तो वेख्या होना है कि मौलवी जी ने ज्यादा खाधा ते मौके ते दम शहीद तो आम, कोई मौलवी नौकरी ना मिलने की वजह तो खुदकुशी नहीं करता, क्यों? अल्लाह फरमाता है तेरे सीने च कुरान है, तेन नौकरी मिले ना मिले रोटी इज्जत दी मिलेगी। यकीन जानो मैनू नहीं पता कि बकरे दे गोश्त दा रेट की है, तुहानू शायद पता होवे, ते खांदे रोज आ हुण मौलवी दे मुंह चले के अल्हम्दुलिल्लाह, एक बड़े मखरज ना लगना कढ़िया, गल भी ठीक है ना, जेदा खाइए ओदा गाइए, आज भी खाता है जीओ मेरा बेटा, इंशाल्लाह कुरान वाले ने भुखा नहीं मरना, कुरान मारना कुरान पढ़न वाले नु कुरान वाले नु मारन वाले मर गए, कुरान वाले कल भी जिंदाबाद, कुरान वाले आज भी जिंदाबाद, और कुरान वाले कयामत की सुबह तक। उस वेले पता चलेगा जब अल्लाह कहेगा हाफिज साहब आ कुरान पढ़दा जा ते सीढ़ियां, उसने लोग खड़ा फत्तू मोची का पुत्र, शेरू कसाई का पुत्र, तिदू नाई का पुत्र, ए जन्नत दियां पौड़ियां पिया चढ़दा है, दो चार पौड़ियां चढ़ेगा मेरा खतीब अंदाज पिछा वेखेगा तो ओदी बिरादरी के बंदे खड़े होणगे, आखेगा मैं जन्नत नहीं जाना कदों तक, उदों तक जदों तक मेरे लगदे। अल्लाह फरमाएगा दस बंदियां दे हाथ तू रखदा जा, जन्नत मैं देंदा जावांगा। नेकी के कामों में बढ़ चढ़ के हिस्सा लो, जरा कुछ बैंक बैलेंस पे है ना पिछले वंड जाना, लड़ाई करनी है झगड़ा करना है हाथी ला जाओ, अपने हाथों ना खर्च कर जाओ, चंगे रहोगे। मैं माशाल्लाह कारगुजारी सुनिए अनूर वेलफेयर ट्रस्ट, मौलाना यासर इकबाल साहब जी के जिम्मेदार ने, बाकी सारे मौलों के जो जिम्मेदार आए हुए ने, दिल खुश हो गया यकीन जानो। कहते ना इबादत से जन्नत मिलती है तबलीग की कहते हैं, और खिदमत से खुदा मिलता है। आखिर इसके अखराजात हैं अल्लाह दे रहा है, क्या मैं आपसे ये तवक्को कर सकता हूं कि हमारे जाने के बाद मौलाना यासर इकबाल साहब के साथ अन्नूर वेलफेयर ट्रस्ट में सदकात सदकात खैरात के जरिए अतियात के सदी जरिए इंशाल्लाह आप तआमुन फरमाएंगे? भाई इंशाल्लाह तो कह दो, चंदा मांगने लगा सिर्फ अर्ज करने लगा हूं, नेकी के काम में इंशाल्लाह तआमुन करेंगे आप?
زور سے کہہ دو انشاءاللہ. جو کہتے ہیں کہ انشاءاللہ ہم اللہ کے راستے میں خرچ کریں گے, جو کہتے ہیں خرچ کریں گے وہ ذرا ارادے کے طور پہ ہاتھ کھڑا کر لو, گناہ نہیں ہوگا. وعدہ کرو گے تو گناہ ہو جائے گا, ارادہ سب کا ہے نا. اللہ توفیق بھی دے گا انشاءاللہ. اللہ اس ٹرسٹ کو قیامت تک آباد و شاد فرمائے, مسجد مدرسے کو قیامت تک آباد و شاد فرمائے. میری بیان میری تقریر تمہید ہی میں ختم ہو گئی, باقی بیان ادھار رہا انشاءاللہ. زندگی باقی ملاقات باقی. زمانہ بڑے شوق سے سن رہا تھا, ہم ہی سو گئے داستان کہتے کہتے. میرا بیٹا